ਰਵਨੀਤ ਸਿੰਘ ਬਿੱਟੂ ਨੇ ਲੁਧਿਆਣੇ ਤੋਂ ਉਮੀਦਵਾਰੀ ਤਾਂ ਲੈ ਲਈ, ਪਰ ਉਮੀਦਵਾਰੀ ਲੈਣ ਦੇ ਨਾਲ ਨਾਲ ਉਹ ਹੁਣ ਭਗਵੇਂ ਰੰਗ ਦੇ ਵਿੱਚ ਜ਼ਿਆਦਾ ਰੰਗੇ ਨਜ਼ਰ ਆਉਣ ਲੱਗੇ ਨੇ, ਮੋਦੀ ਭਗਤੀ ਦੇ ਵਿੱਚ ਜ਼ਿਆਦਾ ਲੀਨ ਹੋਏ ਨਜ਼ਰ ਆ ਰਹੇ ਨੇ, ਔਰ ਪਾਰਟੀ ਦੇ ਵਿੱਚ ਆਉਣ ਸਾਰ ਹੀ ਉਹਨਾਂ ਨੇ ਤਵਾ ਲਾਉਣਾ ਸ਼ੁਰੂ ਕਰ ਦਿੱਤਾ, ਵਿਰੋਧੀ ਪਾਰਟੀਆਂ ਦੇ ਉੱਤੇ ਤੰਜ ਕੱਸਣੇ ਸ਼ੁਰੂ ਕਰ ਦਿੱਤੇ ਨੇ। ਹੁਣ ਉਹਨਾਂ ਨੂੰ ਕਿਸਾਨ ਵੀ ਯਾਦ ਆ ਗਏ ਨੇ, ਅਤੇ ਨਾਲੋ ਨਾਲ ਹਰ ਇੱਕ ਚੀਜ਼, ਹਰ ਉਹ ਮੁਆਵਜ਼ਾ ਜਿਹੜਾ ਯਕੀਨੀ ਦੱਸਿਆ ਗਿਆ ਸੀ, ਜਿਹਦਾ ਵਾਅਦਾ ਕੀਤਾ ਗਿਆ ਸੀ, ਉਹ ਹੁਣ ਰਵਨੀਤ ਬਿੱਟੂ ਗਿਣਾਉਣੇ ਸ਼ੁਰੂ ਕਰ ਗਏ ਨੇ। ਖੈਰ, ਇਹਨਾਂ ਮਸਲਿਆਂ ਨੂੰ ਲੈ ਕੇ ਇੱਕ ਗੱਲ ਅਲੈਦਾ ਹੋਰ ਨਜ਼ਰ ਆ ਰਹੀ ਹੈ ਕਿ ਕਿਵੇਂ ਕਾਂਗਰਸ ਪਾਰਟੀ ਤੋਂ ਛੱਡ ਕੇ ਅਤੇ ਭਾਜਪਾ 'ਚ ਸ਼ਾਮਿਲ ਹੋਏ ਅਤੇ ਉਸ ਤੋਂ ਬਾਅਦ ਭਗਵੇਂ ਰੰਗ ਦੇ ਵਿੱਚ ਰੰਗ ਗਏ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਗਤੀ ਦੇ ਵਿੱਚ ਇਸ ਤਰ੍ਹਾਂ ਲੀਨ ਹੋ ਗਏ ਨੇ ਕਿ ਹੁਣ ਉਹਨਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੀਤੇ ਸਾਰੇ ਕੰਮ ਬਹੁਤ ਹੀ ਜ਼ਿਆਦਾ ਵਧੀਆ ਅਤੇ ਸਹੀ ਪ੍ਰਤੀਤ ਹੋਣ ਲੱਗੇ ਨੇ। ਔਰ ਪੰਜਾਬ ਦੀ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ, ਸੀ ਐਮ ਭਗਵੰਤ ਮਾਨ ਦੇ ਉੱਤੇ ਤੰਜ ਕੱਸਦੇ ਨਜ਼ਰ ਆ ਰਹੇ ਰਵਨੀਤ ਬਿੱਟੂ। ਖੈਰ, ਬੀਜੇਪੀ ਇੱਕ ਜੁਮਲਾ ਵਰਤਦੀ ਹੈ, ਬੀਜੇਪੀ ਦੇ ਵੱਲੋਂ ਇੱਕ ਲਾਈਨ ਵਰਤੀ ਜਾਂਦੀ ਹੈ ਕਿ ਮੋਦੀ ਹੈ ਤੋ ਮੁਮਕਿਨ ਹੈ। ਅੱਜ ਕੱਲ੍ਹ ਦੇ ਸਮੇਂ 'ਚ ਜਦੋਂ ਵੱਡੇ ਵੱਡੇ ਚੈਨਲਾਂ ਦੇ ਲੋਗੋ ਭਗਵੇਂ ਰੰਗ ਦੇ ਵਿੱਚ ਬਦਲੇ ਜਾ ਰਹੇ ਨੇ, ਉੱਥੇ ਲੀਡਰਾਂ ਦਾ ਇਸ ਤਰ੍ਹਾਂ ਤਬਦੀਲ ਹੋਣਾ ਇਸ ਦੇ ਵਿੱਚ ਕੋਈ ਵੱਡੀ ਗੱਲ ਨਹੀਂ, ਪਰ ਨਾਲੋ ਨਾਲ ਇਹ ਵੇਖ ਕੇ ਹੈਰਾਨੀ ਹੁੰਦੀ ਹੈ ਕਿ ਕਿਵੇਂ ਜਿਹੜੇ ਇੱਕ ਸਮੇਂ 'ਤੇ ਆ ਕੇ ਇਹ ਗੱਲਾਂ ਕਰਦੇ ਸੀ ਕਿ ਬੀਜੇਪੀ ਦੇ ਲੀਡਰਾਂ ਨੂੰ ਤਾਂ ਮੈਂ ਜੁੱਤੀ ਨਹੀਂ ਮਾਰਦਾ, ਅੱਜ ਉਹੀ ਲੀਡਰ ਭਾਜਪਾ 'ਚ ਜਾ ਵੜੇ ਨੇ, ਉਹੀ ਲੀਡਰ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨੂੰ ਰੱਬ ਤੋਂ ਵੀ ਵਧੀਆ ਦੱਸ ਰਹੇ ਨੇ, ਸੀਨੀਅਰ ਲੀਡਰਸ਼ਿਪ ਦੇ ਦੁਲਾਰੇ ਅਤੇ ਪਿਆਰੇ ਹੋ ਗਏ ਨੇ, ਅਤੇ ਹੁਣ ਭਾਜਪਾ ਦੇ ਗੁਣਗਾਨ ਕਰਦਿਆਂ ਅਤੇ ਆਪਣੇ ਉਮੀਦਵਾਰੀ ਦੇ ਵਾਸਤੇ ਸ਼ੁਭਕਾਮਨਾਵਾਂ ਮੰਗਦੇ ਫਿਰਦੇ ਨੇ, ਲੋਕਾਂ ਦੇ ਕੋਲੋਂ ਵੋਟਾਂ ਮੰਗਦੇ ਫਿਰਦੇ ਨੇ। ਰਵਨੀਤ ਬਿੱਟੂ ਇਸੇ ਚੀਜ਼ ਦੀ ਇੱਕ ਐਗਜ਼ਾਮਪਲ ਪ੍ਰਤੀਤ ਹੋ ਰਹੇ ਨੇ। ਖੈਰ, ਆਉਂਦੇ ਸਮਿਆਂ ਦੇ ਵਿੱਚ ਹਾਲਾਤ ਕਿੱਧਰ ਵੱਲ ਨੂੰ ਹੋਣਗੇ, ਰਵਨੀਤ ਸਿੰਘ ਬਿੱਟੂ ਦੀਆਂ ਇਹਨਾਂ ਕੋਸ਼ਿਸ਼ਾਂ ਨੂੰ ਬੂਰ ਪਵੇਗਾ ਜਾਂ ਨਹੀਂ, ਉਹ ਆਉਂਦਾ ਸਮਾਂ ਦੱਸ ਹੀ ਦੇਵੇਗਾ। ਪਰ ਆਪਣੇ ਬਿਆਨਾਂ ਦੇ ਵਿੱਚ ਕਿਉਂ ਸੀ ਐਮ ਭਗਵੰਤ ਮਾਨ ਉੱਤੇ ਤੰਜ ਕੱਸਦੇ ਪਏ ਨੇ ਰਵਨੀਤ ਬਿੱਟੂ, ਆਓ ਇੱਕ ਵਾਰ ਸੁਣ ਲੈਂਦੇ ਹਾਂ। ਇੱਕ ਬਹੁਤ ਹੀ ਅਹਿਮ ਗੱਲ ਜਿਹੜੀ ਲਗਾਤਾਰ ਮੈਂ ਦੇਖ ਰਿਹਾ ਵੀ ਅੱਜ 21 ਤਰੀਕ ਹੋ ਗਈ ਤੇ ਜਿਹੜੇ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਇਹ ਕਹਿੰਦੇ ਵੀ ਖਜ਼ਾਨੇ ਭਰਪੂਰ ਨੇ, ਖਜ਼ਾਨਿਆਂ 'ਚ ਕੋਈ ਕਮੀ ਨਹੀਂ ਗੀ, ਪੰਜਾਬ ਦੇ 85,000 ਪੰਜਾਬ ਪੁਲਿਸ ਆ ਜਿਹਦੇ ਵਿੱਚ ਚਾਹੇ ਉਹ PAP ਹੋਏ, ਚਾਹੇ ਉਹ ਕਮਾਂਡੋ ਹੋਏ, ਚਾਹੇ PP ਹੋਵੇ, ਚਾਹੇ ਬਾਕੀ ਕਈ ਇਦਾਰੇ ਆ, 85,000 ਟੋਟਲ ਜਿਨ੍ਹਾਂ ਨੇ ਅੱਜ 21 ਤਰੀਕ 'ਚ ਇੱਕ ਫੁੱਟਿਆ ਪੈਸਾ ਵੀ ਉਹਨਾਂ ਦੇ ਅਕਾਊਂਟ 'ਚ ਨਹੀਂ ਆਇਆ। ਇਹ ਪਹਿਲੀ ਵਾਰ ਹੋਇਆ, 5-10 ਦਿਨ ਤਾਂ ਮੰਨਿਆ ਤਨਖਾਹ ਲੇਟ ਹੋ ਜਾਂਦੀ ਆ, ਪਰ ਇਹ ਜਿਨ੍ਹਾਂ ਨੇ ਪੰਜਾਬ 'ਚ ਅਮਨ ਸ਼ਾਂਤੀ ਬਹਾਲ ਕਰਨੀ ਆ, ਜਿਨ੍ਹਾਂ ਨੇ ਇਲੈਕਸ਼ਨਾਂ ਕਰਾਉਣੀਆਂ, ਫੇਅਰ ਐਂਡ ਫ੍ਰੀ ਇਲੈਕਸ਼ਨਾਂ ਕਰਾਉਣੀਆਂ, ਉਹ ਅੱਜ ਇੰਨਾ ਮਾਨਸਿਕ ਬੋਝ ਥੱਲੇ ਆ। ਆਹੀ ਮਹੀਨੇ ਆ ਜਿਨ੍ਹਾਂ ਨੇ ਆਪਣੇ ਬੱਚਿਆਂ ਦੀਆਂ ਬੁੱਕਸ, ਕਿਤਾਬਾਂ, ਬੈਗ, ਬਸਤੇ, ਉਹਨਾਂ ਦੀਆਂ ਐਡਮਿਸ਼ਨਾਂ ਕਰਾਉਣੀਆਂ ਹੈ, ਅਤੇ ਉਹ ਇੰਨੇ ਮਾਨਸਿਕ ਤਣਾਓ ਥੱਲੇ ਨੇ ਅੱਜ ਪੰਜਾਬ ਪੁਲਿਸ, ਕਿਉਂਕਿ 21 ਦਿਨ ਮਹੀਨਾ ਨਿੰਘ ਚੁੱਕਿਆ। ਪਹਿਲਾਂ ਮਾਰਚ 'ਚ ਜਿਹੜੀ ਆ ਉਹ ਸਾਰੀ ਤਨਖਾਹ ਨਹੀਂ ਮਿਲੀ, ਆ ਦੂਜਾ ਮਹੀਨਾ ਅੱਜ 21 ਤਰੀਕ ਨਿੰਘ ਚੱਲੀ ਆ ਜਦੋਂ ਮੈਂ ਇਹ ਅੱਜ ਤੁਹਾਨੂੰ ਇਹ ਸੰਬੋਧਨ ਕਰ ਰਿਹਾ। ਇਸ ਕਰਕੇ ਇਹ ਡਰਾਮਾ ਜਿਹੜਾ ਕਰਦੇ ਆ ਨਾ ਉਹ ਅੱਜ ਨਿਕਲ ਗਿਆ। ਜੇ ਸੈਂਟਰ ਗਵਰਨਮੈਂਟ ਦੀ ਗੱਲ ਕਰੀਏ, ਮੋਦੀ ਸਾਹਿਬ ਦੀ ਗੱਲ ਕਰੀਏ, ਤੇ 1 ਤਰੀਕ ਨੂੰ ਪਹਿਲਾਂ ਸਭ ਦੇ, ਮੈਂ ਆਪਣੇ ਪੈਰਾਮਿਲਟਰੀ ਫੋਰਸਿਸ ਜਾਂ ਜਿੰਨੀ ਸਭ ਨੂੰ ਪੁੱਛਿਆ, 1 ਤਰੀਕ ਨੂੰ ਜਿਹੜੀ ਆ ਉਹ ਤਨਖਾਹ ਪਹੁੰਚ ਜਾਂਦੀ ਆ। ਪਰ ਬਹੁਤ ਮਾੜੀ ਗੱਲ ਆ,
ਅੱਜ ਬਹੁਤ ਟੈਨਸ਼ਨ ਦੇ ਵਿੱਚ ਜਿਹੜੀ ਉਹ ਸਾਰੀ ਪੰਜਾਬ ਪੁਲਿਸ ਡਿਊਟੀ ਕਰ ਰਹੀ ਆ। ਮੇਰੀ ਬੇਨਤੀ ਆ ਕਿਉਂਕਿ ਹੋਮ ਮਹਿਕਮਾ ਹੋਮ ਮਿਨਿਸਟਰੀ ਚੀਫ ਮਿਨਿਸਟਰ ਸਾਹਿਬ ਕੋਲ ਆਪ ਕੋਲ ਆ, ਜੇ ਤੁਸੀਂ ਚਾਹੁੰਦੇ ਹੋ ਵੀ ਪੰਜਾਬ ਪੁਲਿਸ ਆਪਣਾ ਚੰਗਾ ਲਾਅ ਐਂਡ ਆਰਡਰ ਮੇਨਟੇਨ ਕਰੇ, ਪੀਸਫੁਲ ਇਲੈਕਸ਼ਨਾਂ ਕਰਾਵੇ ਤੇ ਉਹਨਾਂ ਦਾ ਜਿਹੜਾ ਬੋਝ ਆ ਉਹ ਹਲਕਾ ਕਰੋ, ਬੱਚੇ ਜਿਹੜੇ ਆ ਉਹਨਾਂ ਦੇ ਉਹ ਸਕੂਲਾਂ ਦੀ ਐਡਮਿਸ਼ਨਾਂ ਤੋਂ ਕਾਲਜ ਦੀਆਂ ਐਡਮਿਸ਼ਨਾਂ ਤੋਂ ਵਾਂਝੇ ਰਹਿ ਰਹੇ ਆ ਸਿਰਫ ਇੱਕ ਤੁਹਾਡੀ ਇਸ ਕਰਕੇ ਵੀ ਤੁਸੀਂ ਗੱਲਾਂ ਬੜੀਆਂ ਬੜੀਆਂ ਕਰਨੀਆਂ ਏ ਤੇ ਜਿਵੇਂ ਕਹਿੰਦੇ ਕਰਦੇ ਮੇਲਾ ਮੇਲਾ ਖੈਣੀ ਕੋਲ ਧੇਲਾ, ਅੱਜ ਉਹ ਗੱਲ ਸਾਬਤ ਹੋ ਗਈ। ਇਸ ਕਰਕੇ ਜਲਦੀ ਤੋਂ ਜਲਦੀ ਮੇਰੀ ਪਰਜ਼ੋਰ ਤੁਹਾਨੂੰ ਅਪੀਲ ਆ, ਡਿਮਾਂਡ ਆ ਵੀ ਪੰਜਾਬ ਪੁਲਿਸ ਦੀ 85,000 ਜਿਹੜਾ ਮੁਲਾਜ਼ਮ ਆ ਉਹਦੀ ਜਲਦੀ ਤੋਂ ਜਲਦੀ ਤਨਖਾਹ ਜਿਹੜੀ ਉਹ ਰਿਲੀਜ਼ ਕਰੋ। ਆਫੀਸਰ ਤਾਂ ਬਹੁਤ ਥੋੜੇ ਹੁੰਦੇ ਆ, ਉਹਨਾਂ ਦੀ ਪੇ ਆ ਜਿਹੜੀ ਉਹਨਾਂ ਦੀ ਤਨਖਾਹ ਤਾਂ ਆ ਜਾਂਦੀ ਆ, ਇਹ ਥੱਲੇ ਜਿਹੜਾ ਵੀ 85,000 ਮੁਲਾਜ਼ਮ ਆ ਉਹਦਾ ਇੱਕ ਰੁਪਈਆ ਵੀ ਜਿਹੜਾ ਅੱਜ 21 ਤਰੀਕ ਤੱਕ ਨਹੀਂ ਆਇਆ। ਇਸ ਕਰਕੇ ਜੇ ਕੋਈ ਗੱਲ ਹੁੰਦੀ ਆ ਉਹਦੀ ਜ਼ਿੰਮੇਵਾਰੀ ਸੀਐਮ ਸਾਹਿਬ ਤੁਹਾਡੀ ਹੋਏਗੀ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।